ਖੇਤੀ ਬਿੱਲ ਕਿਸਾਨ ਵਿਰੋਧੀ ਹਨ ਕੇਂਦਰ ਸਰਕਾਰ ਇਹਨਾਂ ਨੂੰ ਖੇਤੀ ਵਾਪਸ ਲਏ ਇਹ ਵਿਚਾਰ ਸਾਂਝੇ ਕਰਦਿਆਂ ਸਾਫ ਕਮੰਦਰੀ ਅਤੇ ਵਿਧਾਇਕ ਵਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਖੇਤੀ ਬਿੱਲਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਖੜਾ ਹੈ ਇਸ ਮੌਕੇ ਤੇ ਉਹਨਾਂ ਵੱਲੋਂ ਕਿਸਾਨੀ ਸੰਘਰਸ਼ ਵਿੱਚ ਮਾਰੇ ਗਏ ਜ਼ਿਲ੍ਹਾ ਮਿਸਰਦ ਦੇ ਤਿੰਨ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ 1-1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਉਹਨਾਂ ਆਖਿਆ ਕਿ ਦਿੱਲੀ ਵਿਖੇ ਤਰਨਾ ਦੇ ਰਹੇ ਕਿਸਾਨਾਂ ਨੂੰ ਤਾਂਗ ਕੀਤਾ ਜਾ ਰਿਹਾ ਹੈ ਅੱਜ ਸਾਡਾ ਮੇਨ ਮਕਸਦ ਸੀ ਸਾਡੇ ਆ ਜਿਹੜਾ ਜਿੰਸੀਡੈਂਟ ਹੋਇਆ ਦੂਜਾ ਮੈਂ ਤੁਹਾਨੂੰ ਤਾਂ ਯਾਦ ਕੀਤਾ ਸੀ ਕਿ ਸਾਡੇ ਇੱਥੋਂ ਤਿੰਨ ਪਰਿਵਾਰ ਨੇ ਜਿਹੜੇ ਇਸ ਅੰਦੋਲਨ 'ਚ ਆਪ ਦੀ ਬੜਮੁੱਲੀ ਕੁਰਬਾਨੀ ਦੇ ਗਏ ਇੱਕ ਤਾਂ ਸਰ ਮੰਗਲ ਸਿੰਘ ਸਨ ਰੂਪੋ ਵਾਲੀ ਖੁਰ ਤੋਂ ਮੇਰੇ ਹਲਕੇ ਤੋਂ ਉਹਨਾਂ ਨੇ ਇੱਥੇ ਬਾਰ-ਬਾਰ ਉਹ ਜਾ ਕੇ ਭਾਜਪਾ ਦੇ ਲੀਡਰਾਂ ਦੇ ਘਰ ਬੈਠਦੇ ਸਨ ਤਰਨਾ ਦਿੰਦੇ ਸਨ ਹੱਕੀ ਮੰਗਾ ਲਈ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਪਰਿਵਾਰ ਵਾਸਤੇ ਨਾਲ ਹੀ ਸਾਡੇ ਰਤਨ ਸਿੰਘ ਜੀ ਬਜ਼ੁਰਗ ਪਾਪੂ ਜੀ 85 ਸਾਲ ਦੀ ਉਹਨਾਂ ਦੀ ਉਮਰ ਸੀ ਉਹਨਾਂ ਦਾ ਕਾਕਾ ਐਕਸ ਸਰਵਿਸਮੈਨ ਐਕਸ ਫੌਜੀ ਆ ਉਹ ਉਹਨਾਂ ਦੇ ਬਜ਼ੁਰਗਾਂ ਦੀ ਕੁਝ ਸਮਾਂ ਪਹਿਲਾਂ ਹੀ ਕੋਟਲੀ ਢੋਲੇ ਸ਼ਾ ਪਿੰਡ ਤੋਂ ਡੈਥ ਹੋਈ ਆ ਉਹਨਾਂ ਦੀ ਮਦਦ ਵਾਸਤੇ ਤੇ ਨਾਲ ਹੀ ਇੱਕ ਸਾਡੇ ਲਗੜੇ ਆਲ ਪਿੰਡ ਤੋਂ ਕੁਲਵੰਤ ਸਿੰਘ ਉਰੀ ਨੇ ਉਹਨਾਂ ਦੀ ਮਦਦ ਆਸਤੇ ਅਸੀਂ ਮੈਂ ਬੜਾ ਧਨਵਾਦੀ ਆ ਕਿ ਸ਼ਰੋਮਨੀ ਅਕਾਲੀ ਦਲ ਦੀ ਜਿਹੜੀ ਸਾਡੀ ਟੀਮ ਐ ਐਨ ਆਰ ਆਈ ਵੇਂਗਾਲੇ ਵੀਰ ਸਾਰਿਆਂ ਨੇ ਆਪਣੇ ਕੋਲੋਂ ਇੱਕ ਇੱਕ ਲੱਖ ਦੀ ਮਦਦ ਇੱਕ ਸਤਕਾਰ ਵਜੋਂ ਜਿੰਨੇ ਵੀ ਸਾਡੇ ਪੰਜਾਬੀ ਵੀਰ ਆ ਉਹਨਾਂ ਵੱਲੋਂ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੈ ਕੇ ਆਏ ਆ ਸੋ ਅੱਜ ਉਹ ਪ੍ਰੋਗਰਾਮ ਸੀ ਕਿਸਾਨਾਂ ਦੀ ਤਾਂ ਮਤਲਬ ਕਿਸਾਨਾਂ ਦਾ ਬਜਟ ਤਾਂ ਪੇਸ਼ ਹੀ ਨਹੀਂ ਹੋਇਆ ਨਾ ਬਜਟ ਕੀ ਪੇ ਕਹਿੰਦੇ ਜੀ 1.72 ਹਜ਼ਾਰ ਕਰੋੜ ਦੇਤਾ ਕਿਹੜਾ ਦੇਤਾ ਜੇ ਦੇਤਾ ਤੇ ਉਹ ਵਿਚਾਰੇ ਕਿਉਂ ਬੈਠੇ ਸੁਆਮੀਨਾਥਨ ਕਮਿਸ਼ਨ ਰਿਪੋਰਟ ਦੇ ਦਿੰਦੇ 23 ਫਸਲਾ ਤੇ ਐਮਐਸਪੀ ਲਾਗੂ ਕਰ ਦਿੰਦੇ ਜਿਹੜੀਆਂ ਮੁੱਖ ਮੰਗਾਂ ਸੀ ਕਾਲੇ ਕਾਨੂੰਨ ਵਾਪਸ ਕਰਨ ਦੀ ਉਹ ਤਾਂ ਗੱਲ ਸੁਣੀ ਨਹੀਂ